ਜਦੋਂ ਸਾਡੇ ਘੋੜ ਦੇ ਵਿੱਚ ਸਰਕਾਰ ਨੂੰ ਇਹ ਸੱਟ ਮਾਰਨ ਦਾ ਮੌਕਾ ਮਿਲ ਰਿਹਾ, ਕਿਉਂਕਿ ਉਹਨਾਂ ਨੇ ਦੇਖਿਆ ਕਿ ਦਫਾੜ ਹੋ ਗਏ, ਅੱਡੋ ਅੱਡੀ ਹੋ ਗਏ, ਤਾਂ ਉਹਨਾਂ ਨੇ ਸੰਨ ਲਾ ਲੈਣੀ ਹੈ। ਉਹਨਾਂ ਨੇ ਸਾਨੂੰ ਅੱਡੋ ਫਾਟੀ ਕਰਕੇ ਆਪਸ ਵਿੱਚ ਲੜਾ ਕੇ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਅਸੀਂ ਪ੍ਰਚਾਰ ਕਰਾਂਗੇ, ਫਿਰ ਜਦੋਂ ਤਾਂ ਸਰਕਾਰ ਨੂੰ ਸੌਖਾ ਹੋ ਜਾਣਾ ਸਾਡੇ ਅੰਦੋਲਨ ਨੂੰ ਖਤਮ ਕਰਦੇ। ਮੈਂ ਤੁਹਾਨੂੰ ਪਹਿਲਾਂ ਵੀ ਵਾਰ ਵਾਰ ਮੈਂ ਬੜੀਆਂ ਗੱਲਾਂ ਦੇਖੋ ਬੋਲੀਆਂ ਗਈਆਂ ਮੇਰੇ ਖਿਲਾਫ ਵੀ, ਪਰ ਮੈਂ ਉਹਨੂੰ ਪਾਣੀ ਨੂੰ ਪੀ ਗਿਆ, ਮੈਂ ਬੋਲਿਆ। ਪਰ ਅੱਜ ਸਾਨੂੰ ਲੋੜ ਹੈ ਕਿ ਕੋਈ ਵੀ ਸਾਡਾ ਨੌਜਵਾਨ, ਸਾਡਾ ਕਿਸਾਨ, ਚਾਹੇ ਉਹ ਦੀਪ ਹੋਵੇ ਚਾਹੇ ਕੋਈ ਹੋਰ ਹੋਵੇ, ਜਿਹੜੇ ਵੀ ਪੁਲਿਸ ਫੜਦੀ ਹੈ, ਤਸ਼ੱਦਦ ਕਰਦੀ ਹੈ, ਜੇਲ੍ਹ ਸਿੱਟਦੀ ਹੈ, ਉਹਦੇ ਖਿਲਾਫ ਸਾਨੂੰ ਆਵਾਜ਼ ਆਪਣੀ ਪੂਰਨ ਤੌਰ 'ਤੇ ਬੁਲੰਦ ਕਰਨੀ ਚਾਹੀਦੀ। ਗੱਲਬਾਤ ਕਰੋਨਾ 'ਤੇ ਫਿਰ ਹੋਊਗੀ, ਪਹਿਲਾਂ ਸਾਡੇ ਸਾਰੇ ਜਿਹੜੇ ਕਿਸਾਨ ਫੜੇ ਨੇ, ਨੌਜਵਾਨ ਫੜੇ ਨੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ ਬਿਨਾਂ ਸ਼ਰਤ, ਅਤੇ ਜਿਹੜੇ ਮੁਕੱਦਮੇ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ। ਵਾਰ ਵਾਰ ਮੈਂ ਤੁਹਾਨੂੰ ਇੱਕ ਦੀ ਅਪੀਲ ਕਰਦਾ ਹਾਂ, ਅੱਜ ਫਿਰ ਤੁਹਾਨੂੰ ਅਪੀਲ ਕਰਨ ਦੇ ਲਈ ਆਇਆ ਕਿ ਗੱਲਾਂ ਆਪਾਂ ਬਾਅਦ 'ਚ ਨਿਬੇੜ ਲਾਂਗੇ, ਕੋਈ ਗੱਲ ਨਹੀਂ, ਸਮਾਂ ਬਥੇਰਾ ਪਿਆ। ਪਰ ਇੱਕ ਵਾਰੀ ਇਹੋ ਜਿਹਾ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ, ਸਾਰਿਆਂ ਦੇ ਲਈ ਇੱਕੋ ਹੀ ਆਵਾਜ਼ ਦੇ ਵਿੱਚ ਆਪਾਂ ਗੱਲ ਕਰੀਏ ਕਿ ਹਾਂ ਯਾਰ ਸਾਰੇ ਸਾਡੇ ਨੇ। ਸਤਿ ਸ਼੍ਰੀ ਅਕਾਲ ਪੰਜਾਬੀਓ, ਤੁਹਾਡੇ ਨਾਲ ਅੱਜ ਦੋ ਚਾਰ ਗੱਲਾਂ ਕਰਨੀਆਂ ਨੇ, ਗੱਲਾਂ ਬੜੀਆਂ ਮਹੱਤਵਪੂਰਨ। ਪਹਿਲੀ ਗੱਲ ਤਾਂ ਇਹ ਕਰਨੀ ਹੈ ਕਿ ਜਿਹੜੀ ਦੀਪ ਦੀ ਗ੍ਰਿਫਤਾਰੀ ਹੋਈ ਹੈ ਉਹਦੇ ਸੰਬੰਧ 'ਚ, ਕਿ ਦੀਪ ਨਾਲ ਮੇਰੇ ਹਜ਼ਾਰਾਂ ਜਿਹੜੇ ਬਖਰੇਵੇਂ ਹੈਗੇ ਆ, ਮਤਭੇਦ ਹੈਗੇ ਆ, ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਨਾਲ ਮੈਂ ਸਹਿਮਤ ਨਹੀਂ ਹੈਗਾ ਦੀਪ ਦੀਆਂ ਦੇ ਨਾਲ, ਬਹੁਤੀਆਂ ਐਸੀਆਂ ਮੇਰੀਆਂ ਗੱਲਾਂ ਜਿਹੜੀਆਂ ਨਾਲ ਦੀਪ ਸਹਿਮਤ ਨਹੀਂ ਹੋਊਗਾ, ਕਿਸਾਨ ਆਗੂਆਂ ਦੀਆਂ ਅਨੇਕਾਂ ਗੱਲਾਂ ਨਾਲ ਮੈਂ ਸਹਿਮਤ ਨਹੀਂ ਹੈਗਾ, ਉਹ ਮੇਰੀਆਂ ਨਾਲ ਸਹਿਮਤ ਨਹੀਂ ਹੈਗੇ। ਇਹ ਵਿਚਾਰਾਂ ਦਾ ਬਖਰੇਵਾਂ ਜਿਹੜਾ ਉਹ ਚੱਲਦਾ ਰਹਿੰਦਾ, ਹੋਣਾ ਵੀ ਬੜਾ ਲਾਜ਼ਮੀ ਹੁੰਦਾ, ਕਿਉਂਕਿ ਜਿੱਥੇ ਵੱਖੋ ਵੱਖਰੇ ਵਿਚਾਰਾਂ ਦੇ ਲੋਕ ਹੁੰਦੇ ਨੇ, ਉੱਥੇ ਸਹੀ ਜਿਹੜੀ ਕੋਈ ਚੀਜ਼ ਆ ਉਹ ਹੁੰਦੀ ਆ, ਇੱਕੋ ਹੀ ਵਿਚਾਰਧਾਰਾ ਇਕੱਠੀ ਹੋ ਜਾਣੀ, ਉੱਥੇ ਵੀ ਗੜਬੜ ਹੋ ਜਾਂਦੀ ਆ। ਸੋ ਪਰ ਮੈਂ ਅੱਜ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਕਿਸਾਨ ਆਗੂਆਂ ਨੂੰ ਮੈਂ ਕਹਿਣਾ ਚਾਹੁੰਦਾ ਕਿ ਹੁਣ ਕਿਸਾਨ ਆਗੂਆਂ ਨੂੰ ਜਿੰਨੀਆਂ ਵੀ ਸਾਡੀਆਂ ਗ੍ਰਿਫਤਾਰੀਆਂ ਹੋਈਆਂ ਨੇ, ਜਿਹੜੇ ਆਗੂ ਸਾਡੇ, ਜਿਹੜੇ ਕਿਸਾਨ ਸਾਡੇ ਜੇਲ੍ਹਾਂ 'ਚ ਬੈਠੇ ਨੇ, ਥਾਣਿਆਂ 'ਚ ਰੁਲੀ ਜਾਂਦੇ ਨੇ, ਉਹਨਾਂ 'ਚ ਦੀਪ ਵੀ ਇੱਕ ਆ। ਹੁਣ ਆਪਾਂ ਇਹ ਨਾ ਹੋਵੇ ਵੀ ਇਕੱਲੇ ਦੀਪ ਨੂੰ ਪਾਸੇ ਛੱਡ ਦੇਈਏ। ਕਹਿੰਦੇ ਹੁੰਦੇ ਆ ਕਿ ਜੇ ਆਪਦਾ ਮਾਰੂ ਸਾਹਮਣੇ ਸਿੱਟੂ, ਜੇ ਆਪਦੇ ਬੰਦੇ 'ਚ ਗਲਤੀ ਵੀ ਹੋਵੇ ਕੋਈ, ਜੇ ਤੁਹਾਨੂੰ ਲੱਗਦਾ ਹੋਵੇ ਕਿ ਉਹਦੇ 'ਚ ਕੋਈ ਗਲਤੀ ਆ, ਤਾਂ ਉਹਨੂੰ ਅੰਦਰ ਵਾੜ ਕੇ ਵੀ ਸਮਝਾਇਆ ਜਾ ਸਕਦਾ ਹੁੰਦਾ, ਉਹਦੇ ਨਾਲ ਬਾਅਦ 'ਚ ਵੀ ਇਹ ਗੱਲਾਂ ਨਜਿੱਠੀਆਂ ਜਾ ਸਕਦੀਆਂ ਹੁੰਦੀਆਂ ਨੇ। ਪਰ ਅੱਜ ਜਦੋਂ ਸਾਡੇ ਘੋਲ ਦੇ ਵਿੱਚ ਸਰਕਾਰ ਨੂੰ ਇਹ ਸੱਟ ਮਾਰਨ ਦਾ ਮੌਕਾ ਮਿਲ ਰਿਹਾ, ਕਿਉਂਕਿ ਉਹਨਾਂ ਨੇ ਦੇਖਿਆ ਕਿ ਦਫਾੜ ਹੋ ਗਏ, ਅੱਡੋ ਅੱਡੀ ਹੋ ਗਏ, ਤਾਂ ਉਹਨਾਂ ਨੇ ਸੰਨ ਲਾ ਲੈਣੀ ਆ। ਉਹਨਾਂ ਨੇ ਸਾਨੂੰ ਅੱਡੋ ਫਾਟੀ ਕਰਕੇ ਆਪਸ ਵਿੱਚ ਲੜਾ ਕੇ ਆਪਸ ਵਿੱਚ ਇੱਕ ਦੂਜੇ ਦੇ ਖਿਲਾਫ ਅਸੀਂ ਪ੍ਰਚਾਰ ਕਰਾਂਗੇ, ਫਿਰ ਜਦੋਂ ਤਾਂ ਸਰਕਾਰ ਨੂੰ ਸੌਖਾ ਹੋ ਜਾਣਾ ਸਾਡੇ ਅੰਦੋਲਨ ਨੂੰ ਖਤਮ ਕਰਨ ਦੇ ਲਈ। ਸੋ ਅੱਜ ਉਹ ਸਮਾਂ ਨਹੀਂ ਹੈਗਾ, ਮੈਂ ਤੁਹਾਨੂੰ ਪਹਿਲਾਂ ਵੀ ਵਾਰ ਵਾਰ ਮੈਂ ਬੜੀਆਂ ਗੱਲਾਂ ਦੇਖੋ ਬੋਲੀਆਂ ਗਈਆਂ ਮੇਰੇ ਖਿਲਾਫ ਵੀ, ਪਰ ਮੈਂ ਉਹਨੂੰ ਪਾਣੀ ਨੂੰ ਪੀ ਗਿਆ, ਮੈਂ ਬੋਲਿਆ। ਪਰ ਅੱਜ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਆਪਾਂ ਸਿਰਫ ਇਹ ਗੱਲਾਂ ਕਰਕੇ ਕਿ ਉਹਨੇ ਐਂ ਕਰਤਾ, ਉਹਨੇ ਉਹ ਕਰਤਾ, ਜੋ ਹੋ ਗਿਆ ਹਵਾ ਗਿਆ, ਪਰ ਅੱਜ ਸਾਨੂੰ ਲੋੜ ਹੈ ਕਿ ਕੋਈ ਵੀ ਸਾਡਾ ਨੌਜਵਾਨ, ਸਾਡਾ ਕਿਸਾਨ, ਚਾਹੇ ਉਹ ਦੀਪ ਹੋਵੇ ਚਾਹੇ ਕੋਈ ਹੋਰ ਹੋਵੇ, ਜਿਹੜੇ ਵੀ ਪੁਲਿਸ ਫੜਦੀ ਹੈ, ਤਸ਼ੱਦਦ ਕਰਦੀ ਹੈ, ਜੇਲ੍ਹ ਸਿੱਟਦੀ ਹੈ, ਉਹਦੇ ਖਿਲਾਫ਼ ਸਾਨੂੰ ਆਵਾਜ਼ ਆਪਣੀ ਪੂਰਨ ਤੌਰ 'ਤੇ ਬੁਲੰਦ ਕਰਨੀ ਚਾਹੀਦੀ ਹੈ, ਉਹਦੇ ਲਈ ਲਾਮਬੰਦੀ ਕਰਨੀ ਚਾਹੀਦੀ ਹੈ, ਉਹਦੇ ਲਈ ਸਰਕਾਰ ਅੱਗੇ ਰੱਖਣਾ ਚਾਹੀਦਾ ਕਿ ਗੱਲਬਾਤ ਕਾਨੂੰਨਾਂ 'ਤੇ ਫਿਰ ਹੋਊਗੀ, ਪਹਿਲਾਂ ਸਾਡੇ ਸਾਰੇ ਜਿਹੜੇ ਕਿਸਾਨ ਫੜੇ ਨੇ, ਨੌਜਵਾਨ ਫੜੇ ਨੇ, ਉਹਨਾਂ ਨੂੰ ਰਿਹਾਅ ਕੀਤਾ ਜਾਵੇ ਬਿਨਾਂ ਸ਼ਰਤ, ਅਤੇ ਜਿਹੜੇ ਮੁਕੱਦਮੇ ਨੇ ਉਹਨਾਂ ਨੂੰ ਖਾਰਜ ਕੀਤਾ ਜਾਵੇ। ਸੋ ਉੱਥੇ ਆਪਾਂ ਕਈ ਵਾਰੀ ਇਹ ਹੁੰਦਾ ਕਿ ਇਕੱਲੇ ਬੰਦੇ ਨੂੰ ਛੱਡ ਦਈਏ ਪਾਸੇ ਕਿ ਯਾਰ ਹੁਣ ਸਰਕਾਰ ਦੇ ਅੱਗੇ ਵੀ ਜੋ ਮਰਜ਼ੀ ਕਰੀ ਜਾ, ਕਿਉਂਕਿ ਸਾਡਾ ਇੱਕ ਵੀ ਬਿਆਨ ਕਿਸੇ ਵੀ ਸਾਡੇ ਨੌਜਵਾਨ ਦੇ ਖਿਲਾਫ਼ ਦਿੱਤਾ ਹੋਇਆ ਸਰਕਾਰ ਨੂੰ ਇਹ ਮੌਕਾ ਦੇਊਗਾ ਕਿ ਇਹ ਲੋਕ ਪਾੜ ਚੁੱਕੇ ਨੇ। ਸੋ ਵਾਰ ਵਾਰ ਮੈਂ ਤੁਹਾਨੂੰ ਏਕੇ ਦੀ ਅਪੀਲ ਕਰਦਾ ਹਾਂ, ਅੱਜ ਫਿਰ ਤੁਹਾਨੂੰ ਅਪੀਲ ਕਰਨ ਦੇ ਲਈ ਆਇਆ ਕਿ ਗੱਲਾਂ ਆਪਾਂ ਬਾਅਦ 'ਚ ਨਿਬੇੜ ਲਾਂਗੇ, ਕੋਈ ਗੱਲ ਨਹੀਂ, ਸਮਾਂ ਬਥੇਰਾ ਪਿਆ। ਪਰ ਇੱਕ ਵਾਰੀ ਇਹੋ ਜਿਹਾ ਕੋਈ ਬਿਆਨਬਾਜ਼ੀ ਨਾ ਕੀਤੀ ਜਾਵੇ,
ਸਾਰਿਆਂ ਦੇ ਲਈ ਇੱਕੋ ਹੀ ਆਵਾਜ਼ ਦੇ ਵਿੱਚ ਆਪਾਂ ਗੱਲ ਕਰੀਏ ਕਿ ਹਾਂ ਯਾਰ ਸਾਰੇ ਸਾਡੇ ਨੇ, ਸਾਰੇ ਪੰਜਾਬ ਦੇ ਪੁੱਤ ਨੇ, ਪੰਜਾਬ ਦੀ ਮਿੱਟੀ ਲਈ, ਪੰਜਾਬ ਦੀਆਂ ਫਸਲਾਂ, ਪੰਜਾਬ ਦੀਆਂ ਨਸਲਾਂ ਲਈ ਲੜ ਰਹੇ ਨੇ। ਸੋ ਇਹਨਾਂ ਨਾਲ ਸਾਡਾ ਕੋਈ ਗੱਲ ਨਹੀਂ, ਹੋ ਸਕਦੇ ਨੇ ਵਖਰੇਵੇਂ ਹੋਣਗੇ, ਮਤਭੇਦ ਹੋਣਗੇ, ਉਹ ਨਿਬੇੜਿਆ ਜਾਊਗਾ ਕਿਤੇ ਮਸਲਾ, ਪਰ ਅੱਜ ਆਪਾਂ ਸਰਕਾਰ ਨੂੰ ਇਹ ਮੌਕਾ ਨਾ ਦੇ ਕੇ। ਦੂਜੀ ਗੱਲ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕੋਈ ਗੱਲ ਨਹੀਂ, ਕਦੇ ਵੀ ਮਨ ਦੇ ਵਿੱਚ ਨਿਰਾਸ਼ਤਾ ਨਹੀਂ ਲੈ ਕੇ ਆਈ ਦੀ ਹੁੰਦੀ ਕਿ ਫਲਾਨਾ ਫੜਿਆ ਗਿਆ, ਧਿਮਕਾ ਫੜਿਆ ਗਿਆ, ਆਹ ਹੋ ਜੂ ਆਹ ਹੋ ਜੇ। ਸਰਕਾਰਾਂ ਦੇ ਹਥਕੰਡੇ ਹੁੰਦੇ ਨੇ, ਸਰਕਾਰਾਂ ਨੇ ਲੋਕਾਂ ਨੂੰ ਡਰਾਉਣਾ ਕਿਵੇਂ ਹੈ, ਨਿਰਾਸ਼ਤਾ ਕਿਵੇਂ ਭਰਨੀ ਹੈ। ਘਰੇ ਬੈਠਾ ਬੰਦਾ ਸੋਚਣ ਲੱਗ ਜਾਂਦਾ ਵੀ ਫਲਾਨਾ ਫੜ ਲਿਆ ਹੋਵੇ, ਧਿਮਕਾ ਫੜ ਲਿਆ, ਕੀ ਹੋਊਗਾ, ਹਊਆ ਬਣਾਇਆ ਜਾਂਦਾ ਇੱਕ ਬਹੁਤ ਵੱਡਾ। ਆਪਾਂ ਦੇਖਿਆ ਨਾ ਕਿਵੇਂ ਹਊਆ ਬਣਾ ਕੇ ਪੇਸ਼ ਕੀਤਾ ਜਾ ਰਿਹਾ, ਤਾਂ ਉਹ ਹਊਏ ਦੇ ਵਿੱਚ ਆਪਾਂ ਨਹੀਂ ਆਉਣਾ, ਉਹ ਡਰ ਦੇ ਵਿੱਚ ਆਪਾਂ ਨਹੀਂ ਆਉਣਾ, ਨਿਰਾਸ਼ਤਾ ਦੇ ਵਿੱਚ ਆਪਾਂ ਨਹੀਂ ਜਾਣਾ। ਆਪਾਂ ਅੰਦੋਲਨ ਦੇ ਨਾਲ ਡਟ ਕੇ ਖੜ੍ਹੇ ਰਹਿਣਾ, ਅੰਦੋਲਨ ਦੇ ਨਾਲ ਜੁੜੇ ਰਹਿਣਾ। ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਆਪਾਂ ਜਿੱਡਾ ਵੱਡਾ ਇਕੱਠ ਆਪਾਂ ਜੁਟਾ ਸਕਦੇ ਹਾਂ, ਜਿੱਡੀ ਵੱਡੀ ਗਿਣਤੀ ਆਪਾਂ ਇਕੱਠੀ ਕਰ ਸਕਦੇ ਹਾਂ ਦਿੱਲੀ ਦੇ ਵਿੱਚ, ਵੱਧ ਤੋਂ ਵੱਧ ਬਾਲੀਆਂ ਬੰਨ ਕੇ ਮੈਂ ਤੁਹਾਨੂੰ ਅਪੀਲ ਕਰਦਾ ਕਿ ਹੁਣ ਤੁਹਾਡੇ ਇਕੱਠ ਨੇ ਇਸ ਘੋਲ ਨੂੰ ਸਿਰੇ ਲਾਉਣਾ ਭਰਾਵੋ। ਲੜਦੇ ਲੋਕਾਂ 'ਤੇ, ਸੰਘਰਸ਼ ਕਰਦੇ ਲੋਕਾਂ ਦੇ ਉੱਤੇ ਜ਼ੁਲਮ ਸਰਕਾਰਾਂ ਕਰਦੀਆਂ ਹੀ ਆ, ਕੋਈ ਨਵੀਂ ਗੱਲ ਨਹੀਂ ਹੈਗੀ। ਪਰਚੇ ਵੀ ਹੁੰਦੇ ਆ, ਗ੍ਰਿਫਤਾਰੀਆਂ ਵੀ ਹੁੰਦੀਆਂ ਨੇ, ਬੜਾ ਕੁਛ ਹੁੰਦਾ ਹੁੰਦਾ ਸਰਕਾਰਾਂ ਨੇ, ਕਿਉਂਕਿ ਸਰਕਾਰ ਦੇ ਗੜ ਦੀ ਹੱਡੀ ਬਣਿਆ ਹੋਇਆ ਸਾਡਾ ਅੰਦੋਲਨ। ਪੂਰੀ ਦੁਨੀਆ ਦੇ ਵਿੱਚ ਥੂ ਥੂ ਹੋ ਰਹੀ ਹੈ ਸਰਕਾਰ ਦੀ, ਪੂਰੀ ਦੁਨੀਆ ਦੇ ਵਿੱਚ ਬੁਰਾ ਹਾਲ ਹੋਇਆ ਪਿਆ, ਬਦਨਾਮੀ ਹੋ ਰਹੀ ਹੈ। ਸਰਕਾਰ ਚਾਹੁੰਦੀ ਹੈ ਵੀ ਕਿਵੇਂ ਨਾ ਕਿਵੇਂ ਇਸ ਅੰਦੋਲਨ ਨੂੰ ਖਦੇੜਿਆ ਜਾਵੇ, ਸੰਨ ਲਾਇਆ ਜਾਵੇ, ਉਹ ਸਾਰੇ ਹੱਥਕੰਡੇ ਉਹਨਾਂ ਨੇ ਅਪਣਾਉਣੇ ਆ। ਪਰ ਆਪਾਂ ਪੂਰੀ ਦ੍ਰਿੜਤਾ ਦੇ ਨਾਲ, ਪੂਰੇ ਹੌਸਲੇ ਦੇ ਨਾਲ, ਪੂਰੀ ਨਿਡਰਤਾ ਦੇ ਨਾਲ ਇਹ ਗੱਲਬਾਤ ਦਾ ਆਪਾਂ ਮੁਕਾਬਲਾ ਕਰਨਾ, ਸੰਘਰਸ਼ ਕਰਨਾ, ਅੰਦੋਲਨ ਕਰਨਾ, ਡਟੇ ਰਹਿਣਾ, ਇੱਕ ਰਹਿਣਾ। ਸੋ ਮੈਂ ਤੁਹਾਨੂੰ ਇਹ ਵਾਰ ਵਾਰ ਅਪੀਲ ਕਰਦਾ ਕਿ ਮੌਕਾ ਵਾਰ ਵਾਰ ਨਹੀਂ ਆਉਣਾ। ਇੱਕ ਵਾਰੀ ਅਸੀਂ ਆਪਸੀ ਫੁੱਟ ਕਰਕੇ, ਆਪਸੀ ਗੱਲਾਂ ਬਾਤਾਂ ਕਰਕੇ, ਆਪਸੀ ਬਿਆਨਬਾਜ਼ੀ ਕਰਕੇ ਅਸੀਂ ਸਰਕਾਰ ਦੇ ਹੱਥ 'ਚ ਮੌਕਾ ਦੇ ਦਿਆਂਗੇ, ਅਤੇ ਫਿਰ ਸਰਕਾਰ ਨੇ ਸਾਨੂੰ ਬਖਸ਼ਣਾ ਕਿਸੇ ਨੂੰ ਨਹੀਂ ਭਰਾਉ, ਚਾਹੇ ਕੋਈ ਕਾਮਰੇਡ ਹੈ, ਚਾਹੇ ਕੋਈ ਸਿੱਖ ਹੈ, ਚਾਹੇ ਕੋਈ ਕਿਸਾਨ ਆਗੂ ਹੈ, ਅਤੇ ਚਾਹੇ ਕੋਈ ਨੌਜਵਾਨ ਹੈ, ਚਾਹੇ ਕੋਈ ਵੀ ਹੈ। ਇਹ ਗੱਲ ਦਾ ਖਾਸ ਖਿਆਲ ਰੱਖਿਓ। ਸੋ ਮੈਂ ਇਹ ਤੁਹਾਨੂੰ ਬੇਨਤੀ ਕਰਦਾ ਕਿ ਹੁਣ ਇੱਕ ਹੋਣ ਦੀ ਲੋੜ ਹੈ, ਉਹ ਬਾਅਦ ਦੇਖਾਂਗੇ ਕੌਣ ਕਿੱਥੇ ਕੀ ਕਰ ਗਿਆ, ਉਹ ਬਾਅਦ ਦੀਆਂ ਗੱਲਾਂ ਨੇ। ਧੰਨਵਾਦ। ਆਓ ਆਪਾਂ ਡਟੇ ਸੀ, ਡਟੇ ਰਹਾਂਗੇ, ਜਿੱਤਾਂਗੇ, ਜੁੜਾਂਗੇ, ਲੜਾਂਗੇ, ਜਿੱਤਾਂਗੇ, ਅਤੇ ਜਿੱਤ ਯਕੀਨੀ ਹੈ ਬਿਲਕੁਲ। ਇੱਥੇ ਹੁਣ ਆਹ ਬਿਲਕੁਲ ਸਾਡੇ ਸਬਰ ਦਾ ਇਮਤਿਹਾਨ ਆ, ਸਾਡਾ ਪਰਖ ਦੀ ਘੜੀ ਆ। ਇਹੀ ਤਾਂ ਹੁੰਦਾ, ਇੱਥੇ ਤਾਂ ਪਤਾ ਲੱਗਦਾ ਵੀ ਕਿਹੜੇ ਡੋਲਦੇ ਨੇ ਅਤੇ ਕਿਹੜੇ ਖੜ੍ਹਦੇ ਨੇ। ਇਹ ਬਿਲਕੁਲ ਉਹ ਪੀਕ ਸਿਖਰ ਆ ਸੰਘਰਸ਼ ਦਾ। ਇੱਥੇ ਸਰਕਾਰ ਨੇ ਸਭ ਤੋਂ ਹਮਲਾ ਜਿਹੜਾ ਤਕੜਾ ਕਰਨਾ ਸਾਡੇ 'ਤੇ, ਪਰ ਇੱਥੇ ਜੇ ਆਪਾਂ ਡੋਲ ਰਹਿ ਗਏ, ਆਪਾਂ ਨਿਡਰਤਾ ਦੇ ਨਾਲ ਲੜ ਕੇ, ਸੰਘਰਸ਼ ਕਰਕੇ, ਖੜ੍ਹ ਗਏ, ਇੱਕਜੁੱਟ ਹੋ ਗਏ, ਤਾਂ ਸਮਝ ਲਓ ਸਰਕਾਰ ਡਿੱਗੀ ਪਈ ਹੈ, ਗੋਡੇ ਟੇਕੀ ਬੈਠੀ ਹੈ ਸਰਕਾਰ, ਅਤੇ ਕਾਨੂੰਨ ਰੱਦ ਹੋਣੇ ਹੋਣੇ। ਅਤੇ ਜੇ ਇੱਥੇ ਪਿੱਛੇ ਹਟ ਗਏ ਨਾ ਮਿੱਤਰੋ, ਇੱਥੇ ਕੋਈ ਡਰ ਮਨ 'ਚ ਬਾੜ ਲਿਆ, ਕੋਈ ਨਿਰਾਸ਼ਤਾ ਲੈ ਜਾਂਦੀ, ਕੋਈ ਹੌਸਲਾ ਤੋੜ ਲਿਆ ਵੀ ਉਹ ਕੀ ਬਣ ਗਿਆ, ਐਂ ਹੋ ਗਿਆ, ਉਹ ਹੋ ਗਿਆ, ਤਾਂ ਯਾਦ ਰੱਖਿਓ ਤੁਹਾਡਾ ਖਾਤਮਾ ਤਾਂ ਇਹ ਆ, ਤੁਹਾਨੂੰ ਲੈ ਕੇ ਬਸ ਇੱਥੇ ਮੇਰਾ ਵੀਰ ਤੁਹਾਨੂੰ ਹੱਥ ਬੰਨ ਕੇ ਬੇਨਤੀ ਕਰਦਾ। ਕੋਈ ਗੱਲ ਨਹੀਂ ਯਾਰ, ਡਟੇ ਹਾਂ ਮੋਰਚੇ 'ਚ, ਖੜ੍ਹੇ ਹਾਂ, ਖੜ੍ਹੇ ਰਹਾਂਗੇ। ਆ ਜਾਓ ਮੇਰਾ ਵੀਰ, ਵੱਧ ਤੋਂ ਵੱਧ ਜਿੱਡੀ ਵੱਡੀ ਗਿਣਤੀ ਤੁਸੀਂ ਦਿੱਲੀ ਲਿਆ ਸਕਦੇ ਹੋ, ਆਓ ਆਪਾਂ ਸਾਰੇ ਮਿਲ ਕੇ ਇਸ ਅੰਦੋਲਨ ਨੂੰ ਸਿਰੇ ਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। T5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ 'ਤੇ ਕਲਿੱਕ ਕਰੋ।